ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਜਾਬ ਵੈਦਰ TV ਵਿੱਚ ਤੇ ਲੈ ਕੇ ਹਾਜ਼ਰ ਹੋਏ ਜੀ ਅੱਜ ਇਸ ਵੇਲੇ ਦੀ ਵੱਡੀ ਖਬਰ ਕਿਸਾਨਾਂ ਅੰਦੋਲਨ ਦੇ ਵਿਰੁੱਧ ਦੇ ਵਿਚਕਾਰ ਅੰਬਾਨੀ ਪਰਿਵਾਰ ਲਈ ਆ ਗਈ ਏ ਮਾੜੀ ਵੱਡੀ ਖਬਰ ਦੋਸਤੋ ਵੀਡੀਓ ਨੂੰ ਪੂਰੀ ਅੰਤ ਤੱਕ ਦੇਖਿਓ ਤਾਂ ਜੋ ਤੁਹਾਨੂੰ ਵੱਡੀ ਖਬਰ ਦੀ ਜਾਣਕਾਰੀ ਮਿਲ ਸਕੇ ਤੇ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜਿਤੇ ਕਿ ਇਹਨਾਂ ਸਰਕਾਰ ਵੱਲੋਂ ਇਹ ਖੇਤੀਕਰੂਣ ਕਿਸਾਨਾਂ ਦੇ ਹੱਥ ਵਿੱਚ ਦੱਸੇ ਗਏ ਸਨ ਉੱਥੇ ਹੀ ਕਿਸਾਨਾਂ ਵੱਲੋਂ ਖੇਤੀ ਕਰਨ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਦੱਸੇ ਗਏ ਹਨ ਇਸ ਵਿਰੋਧ ਦੇ ਚੱਲਦੇ ਹੋਏ ਮਕੇਸ਼ ਗ਼ਬਾਨੀ ਘਰਾਣੇ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਕਿਸਾਨੀ ਸੰਘਰਸ਼ ਦੇ ਕਾਰਨ ਮਕੇਸ਼ ਗ਼ਬਾਨੀ ਦੁਨੀਆ ਦੇ ਪਹਿਲੇ 10 ਅਮੀਰਾਂ ਦੀ ਲਿਸਟ ਵਿੱਚ ਉਹ ਵੀ ਬਾਹਰ ਹੋ ਗਏ ਹਨ ਤੇ ਉੱਥੇ ਹੀ ਹੁਣ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ ਵੀ ਨਹੀਂ ਰਹੇ ਲੋਕਾਂ ਵੱਲੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਨ੍ਹਾਂ ਦੀ Jio ਕੰਪਨੀ ਦੇ ਨੰਬਰ ਵੀ ਪੋਰਟ ਕਰਵਾਏ ਜਾ ਰਹੇ ਹਨ ਤੇ ਹੁਣ ਕਿਸਾਨੀ ਸੰਘਰਸ਼ ਦੇ ਵਿਰੋਧ ਦੇ ਵਿਚਕਾਰ ਅੰਬਾਨੀ ਪਰਿਵਾਰ ਲਈ ਇੱਕ ਹੋਰ ਵੱਡੀ ਮਾੜੀ ਖਬਰ ਸਾਹਮਣੇ ਆ ਰਹੀ ਹੈ ਇਸ ਸਮੇਂ ਲੈਂਸ ਕੈਪੀਟਲ ਲਿਮਟਿਡ ਵਿਕਰੀ ਦੀ ਪ੍ਰਕਿਰਿਆ ਵਿੱਚੋਂ ਲੰਘ ਰਹੀ ਹੈ ਲੈਂਸ ਨੂੰ ਕਿਸਾਨੀ ਸੰਘਰਸ਼ ਦੇ ਦੌਰਾਨ ਬਹੁਤ ਸਾਰਾ ਨੁਕਸਾਨ ਹੋਇਆ ਤੇ ਦਸੰਬਰ 2020 ਦੇ ਅਖੀਰ ਤੱਕ 4018 ਕਰੋੜ ਰੁਪਏ ਦਾ ਘਾਟਾ ਲੈਂਸ ਕੈਪੀਟਲ ਨੂੰ ਹੋਇਆ ਜੋ ਕਿ ਉਸ ਤੋਂ ਪਹਿਲਾਂ ਸਾਲ 2019 ਵਿੱਚ 135 ਕਰੋੜ ਰੁਪਏ ਦੇ ਸ਼ੇਅਰ ਲਹਿਨ ਦੇ ਸ਼ੇਅਰ ਦੀ ਗੱਲ ਦੇਖੀ ਜਾਵੇ ਤਾਂ ਉਸ ਵਿੱਚ ਵੀ ਕਾਫੀ ਗਰਾਵਟ ਆਈ ਹੈ ਜਿਸ ਦੇ ਨਾਲ ਕੰਪਨੀ ਦੇ ਨਿਵੇਸ਼ਕਾਂ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ